ਅਨਪੜ੍ਹ ਹੋਵੇ ਚਾਰ ਜਮਾਤਾਂ ਪੜ੍ਹਿਆ ਉਹਨੂੰ ਤੂੰ ਹਾਇਰ ਐਜੂਕੇਸ਼ਨ ਦਾ ਮਿਨਿਸਟਰ ਲਾ ਦੇ ਤਾਂ ਕੀ ਕਰੂਗਾ ਉਹ। ਜਿੰਨਾ ਚਿਰ ਐਜੂਕੇਸ਼ਨ ਨਹੀਂ ਹੁੰਦੀ ਵੋਟਰ ਦੀ, ਉਹਨਾਂ ਚਿਰ ਡੈਮੋਕ੍ਰੇਸੀ ਜਿਹੜੀ ਉਹ ਵਿਸ਼ੀਟ ਹੋ ਜਾਂਦੀ ਹੈ। ਕੁਝ ਸਮਾਂ ਪਹਿਲਾਂ ਸਕੂਲ ਅਤੇ ਕਾਲਜਾਂ ਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਸੀ, ਪਰ ਅੱਜ ਦੇ ਟਾਈਮ ਅੰਦਰ ਬਹੁਤੇ ਸਕੂਲ ਅਤੇ ਕਾਲਜ ਜਿਹੜੇ ਨੇ ਦੁਕਾਨਦਾਰੀਆਂ ਬਣ ਕੇ ਰਹਿ ਗਈਆਂ ਨੇ। ਸਾਡੇ ਨਾਲ ਇਸ ਵੇਲੇ ਸਰਦਾਰਾ ਸਿੰਘ ਜੌਹਲ ਹੈਗੇ ਆ, ਜਿਨ੍ਹਾਂ ਨੇ ਇੱਕ ਪਾਲਿਸੀ ਤਿਆਰ ਕੀਤੀ ਆ ਕਿ ਵਿੱਦਿਅਕ ਅਦਾਰਿਆਂ ਨੂੰ ਜਿਹੜਾ ਆ ਸੁਧਾਰਿਆ ਜਾਵੇ, ਉਹਨਾਂ ਨੂੰ ਲੀਹ ਦੇ ਉੱਪਰ ਦੁਬਾਰਾ ਲੈ ਕੇ ਆਇਆ ਜਾਵੇ। ਇਹਨਾਂ ਦੇ ਵੱਲੋਂ ਜੈ ਪੰਜਾਬ ਫਾਰਮ ਇੱਕ ਤਿਆਰ ਕੀਤਾ ਗਿਆ। ਗੱਲਬਾਤ ਕਰਦੇ ਹਾਂ ਜੌਹਲ ਸਾਹਿਬ ਨਾਲ। ਜੌਹਲ ਸਾਹਿਬ, ਪਹਿਲਾਂ ਤਾਂ ਫਾਰਮ ਬਾਰੇ ਦੱਸ ਦਿਓ ਕਿ ਇਹ ਕੀ ਹੈਗੇ। ਇਹ ਫੋਰਮ ਹੈ, ਇਹਦਾ ਜੈ ਪੰਜਾਬ ਫੋਰਮ ਹੈ, ਅਸੀਂ ਅੱਜ ਲਾਂਚ ਕੀਤਾ ਇਹਨੂੰ। ਔਰ ਇਹ ਇੱਕ ਪਲੇਟਫਾਰਮ ਦਿੱਤਾ ਆ ਉਹਨਾਂ ਬੰਦਿਆਂ ਨੂੰ ਜਿਹਨਾਂ ਵਾਸਤੇ, ਜਿਹਨਾਂ ਦੇ ਦਿਲ ਵਿੱਚ ਪੰਜਾਬ ਦਾ ਦਰਦ ਹੈ ਔਰ ਜਿਹੜੇ ਪੰਜਾਬ ਬਾਰੇ ਸੋਚਦੇ ਆ ਔਰ ਉਹਨਾਂ ਦੇ ਦਿਮਾਗ ਦੇ ਵਿੱਚ ਉਹਦੇ ਕੋਈ ਜਿਹੜੇ ਨਾ ਇਲਾਜ ਜਾਂ ਰੈਮਡੀਅਲ ਮਈਅਰ ਉਹਨਾਂ ਦੇ ਹੱਥ 'ਚ ਹੈਗੇ ਆ। ਸੋ ਅੱਜ ਸਾਡੀ ਉਹਦੀ ਪਹਿਲੀ ਮੀਟਿੰਗ ਹੋਈ ਸੀ, ਜਿਹਦੇ 'ਚ ਉਹ ਤਕਰੀਬਨ 300 ਦੇ ਕਰੀਬ ਪਾਰਟੀਸਪੇਟ ਕੀਤੇ ਆ। ਐਜੂਕੇਸ਼ਨਿਸਟ ਵੀ ਸੀ ਉਹ 'ਚ, ਵਕੀਲ ਵੀ ਸੀ ਉਹਦੇ ਵਿੱਚ, ਜਰਨਲਿਸਟ ਵੀ ਸੀ, ਸਾਰੇ ਜਿਹੜੇ ਇਕੱਠੇ ਹੋ ਕੇ। ਅਤੇ ਅਸੀਂ ਬੜੀ 3-4 ਘੰਟੇ ਬੜੀ ਗੰਭੀਰਤਾ ਦੇ ਨਾਲ ਮਸਲੇ ਸੋਚ ਕੀਤੇ ਆ। ਅਤੇ ਲੇਕਿਨ ਇਹ ਪਹਿਲੀ ਆ ਮੀਟਿੰਗ ਔਰ ਅਸੀਂ ਇੱਕ ਇੱਕ ਮੁੱਦੇ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਾਂਗੇ। ਅੱਜ ਐਜੂਕੇਸ਼ਨ 'ਤੇ ਕੀਤਾ, ਫਿਰ ਉਹਨੂੰ ਅਸੀਂ ਉਦੋਂ ਬਾਅਦ ਹੈਲਥ 'ਤੇ ਕਰਾਂਗੇ, ਐਗਰੀਕਲਚਰ 'ਤੇ ਕਰਾਂਗੇ, ਇੰਡਸਟਰੀ 'ਤੇ ਕਰਾਂਗੇ, ਸਰਵਿਸ 'ਤੇ ਕਰਾਂਗੇ, ਉਹਨਾਂ ਦੇ ਵੀ ਪਾਰਟਸ ਲੈ ਕੇ ਕਰਾਂਗੇ। ਅੱਜ ਬਹੁਤ ਅੱਜ ਜਿਹੜਾ ਸਿਲਸਿਲਾ ਸੀਗਾ ਉਹ ਸਕੂਲਾਂ ਦੇ ਉੱਤੇ ਸੀਗਾ। ਸੋ ਅਸੀਂ ਅੱਜ ਦੇ ਫੈਸਲੇ ਦਾ ਮੋਟੀ ਮੋਟੀ ਤੌਰ 'ਤੇ ਗੱਲ ਸਮਝੇ ਹਾਂ, ਪਹਿਲੀ 'ਤੇ ਸਮਝਦੇ ਹਾਂ ਕਿ ਪੰਜਾਬ ਨੂੰ ਜਿਹੜਾ ਬਜਟ ਦੇ ਵਿੱਚ ਕਮ ਅਜ਼ ਕਮ 33% 1/3 ਜਿਹੜਾ ਬਜਟ ਹੈ ਉਹ ਐਜੂਕੇਸ਼ਨ ਵਾਸਤੇ ਰੱਖਣਾ ਚਾਹੀਦਾ, ਕਿਉਂਕਿ ਜਿੰਨਾ ਚਿਰ ਐਜੂਕੇਸ਼ਨ ਨਹੀਂ ਹੁੰਦੀ ਵੋਟਰ ਦੀ, ਉਹਨਾਂ ਚਿਰ ਡੈਮੋਕ੍ਰੇਸੀ ਜਿਹੜੀ ਉਹ ਵਿਸ਼ੀਏਟ ਹੋ ਜਾਂਦੀ ਹੈ। ਲੋੜ ਕਿਉਂ ਪੈ ਗਈ, ਕਿਉਂਕਿ ਜੇ ਤੁਸੀਂ ਮੀਟਿੰਗ, ਉਹ ਹੀ ਦੱਸ ਰਿਹਾ ਤੁਹਾਨੂੰ ਮੈਂ, ਕਿਉਂਕਿ ਜੇ ਬੰਦਾ ਐਜੂਕੇਟਡ ਨਾ ਹੋਵੇਗਾ ਤਾਂ ਉਹ ਡੈਮੋਕ੍ਰੇਸੀ ਨਹੀਂ ਬਚ ਸਕਦੀ। ਪਹਿਲੀ ਗੱਲ ਤਾਂ ਇਹ ਆ, ਕਿਉਂਕਿ ਫਿਰ ਉਹੀ ਹੋ ਜਾਂਦੀ ਜਿੱਦਾਂ ਸੌਂਪ ਦਿੰਦੇ ਵੀ ਤੁਹਾਨੂੰ ਚਾਹ ਦੇਵਾਂਗੇ, ਤੁਹਾਨੂੰ ਚਾਹ ਪੱਤੀ ਦੇਵਾਂਗੇ, ਤੁਹਾਨੂੰ ਖੰਡ ਦੇਵਾਂਗੇ, ਤੁਹਾਨੂੰ ਘਿਓ ਦੇਵਾਂਗੇ, ਤੁਹਾਨੂੰ ਮੋਬਾਈਲ ਦੇਵਾਂਗੇ, ਯੂ ਨੋ, ਇਹ ਕੋਈ ਮੁੱਦੇ ਨਹੀਂ ਹੈ। ਹੈਂ ਸੋ ਕਿਉਂਕਿ ਅਨਐਜੂਕੇਟਡ ਲੋਕ ਹੈ, ਇਗਨੋਰੈਂਟ ਹੈ, ਉਹਨੇ ਉਹਦੇ 'ਤੇ ਵੋਟਾਂ ਪਾਉਂਦੇ ਆ। ਜੇ ਐਜੂਕੇਸ਼ਨ ਹੋਊ ਤਾਂ ਇਹ ਚੀਜ਼ ਨਹੀਂ ਹੋਊਗੀ, ਡੈਮੋਕ੍ਰੇਸੀ ਮਜ਼ਬੂਤ ਹੋਏਗੀ। ਇਸ ਕਰਕੇ ਪਹਿਲੀ ਗੱਲ ਤਾਂ ਹੈ ਕਿ ਵੀ ਐਜੂਕੇਸ਼ਨ 'ਤੇ ਐਮਫੇਸਿਸ, ਅਸੀਂ ਕਹਿੰਦੇ ਹਾਂ ਗੌਰਮੈਂਟ ਨੂੰ ਘੱਟੋ ਘੱਟ 33% ਜਿਹੜਾ ਬਜਟ ਹੈ ਉਹ ਐਜੂਕੇਸ਼ਨ 'ਤੇ ਲਾਉਣਾ ਚਾਹੀਦਾ, ਜੇ ਡੈਮੋਕ੍ਰੇਸੀ ਨੂੰ ਸਹੀ ਮਿਹਨਤ 'ਚ ਬਚਾਉਣਾ ਹੈ। ਵੱਖ ਵੱਖ ਸੰਸਥਾਵਾਂ ਦੇ ਵੱਲੋਂ ਵੀ ਇਹੋ ਜਿਹੇ ਕੰਮ ਕੀਤੇ ਜਾ ਰਹੇ ਆ, ਉਹ ਵੀ ਆਪਣੀਆਂ ਪਾਲਿਸੀਆਂ ਲੈ ਕੇ ਤੁਰੇ ਫਿਰ ਰਹੇ ਨੇ, ਤੁਹਾਡੀ ਪਾਲਿਸੀ ਦੇ ਵਿੱਚ ਕੀ ਵੱਖਰਾ ਆ? ਸਾਡਾ ਵੱਖਰਾ ਇਹੋ ਹੀ ਆ ਕਿ ਅਸੀਂ ਸਾਰਿਆਂ ਨੂੰ ਇਕੱਠੇ ਕੀਤਾ, ਇੱਥੇ ਚੌਂਕ ਜਿਹੜੇ ਵੀ ਜੋ ਵੀ ਸੋਚਦਾ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਂਦਾ, ਜਿੱਦਾਂ ਉਹ ਪਲੇਟਫਾਰਮ ਪ੍ਰੋਵਾਈਡ ਕੀਤਾ ਆ, ਤਾਂ ਕਿ ਨਹੀਂ ਇਕੱਲੇ ਇਕੱਲੇ ਨਾਲ ਤੁਰੇ ਫਿਰੋ, ਇੱਕ ਪਲੇਟਫਾਰਮ 'ਤੇ ਖੜ੍ਹੇ ਹੋ ਕੇ ਤੁਸੀਂ ਇਹਨੂੰ ਆਪਣੇ ਨੂੰ ਦੱਸੋ। ਦੂਜੀ ਅਸੀਂ ਦੋਦੇ ਹਾਂ ਕਿ ਜਿਹੜਾ ਸਾਡਾ ਅੱਜ ਦਾ ਮੁੱਦੇ 'ਤੇ ਸੀਗਾ ਕਿ ਹਰ ਬੱਚੇ ਦਾ, ਚਾਹੇ ਉਹ ਕਿੱਥੇ ਵੀ ਜੰਮਿਆ ਹੋਵੇ, ਕੋਈ ਮਾਂ ਬਾਪ ਹੋਵੇ, ਕਿਸ ਲਾਰਜ ਕਮਿਊਨਿਟੀ ਦਾ ਹੋਵੇ, ਉਹਦਾ ਐਜੂਕੇਸ਼ਨ ਨੂੰ ਇਕੁਅਲ ਹੱਕ ਹੈ, ਹੈਂ, ਜਨਮ ਸਿੱਧ ਅਧਿਕਾਰ ਹੈ ਉਹਦਾ ਇੱਕ। ਸੋ ਸਕੂਲ ਲੈਵਲ ਤੱਕ ਐਜੂਕੇਸ਼ਨ ਜਿਹੜੀ ਬਿਲਕੁਲ ਇੱਕੋ ਜਿਹੀ ਹੋਣੀ ਚਾਹੀਦੀ ਹੈ, ਲੈਂਗੁਏਜ ਮਿਕਸ ਇੱਕੋ ਜਿਹਾ ਹੋਣਾ ਚਾਹੀਦਾ, ਔਰ ਉਹਦੇ ਨਾਲ ਜਿਹੜਾ ਹੈਗਾ ਕਿਤਾਬਾਂ ਦਾ ਕੋਰਸ ਇੱਕੋ ਜਿਹਾ ਹੋਣਾ ਚਾਹੀਦਾ, ਕਿਤਾਬਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ, ਚਾਹੇ ਪ੍ਰਾਈਵੇਟ ਸਕੂਲ ਹੈ, ਚਾਹੇ ਗੌਰਮੈਂਟ ਸਕੂਲ ਹੈ, ਜਾਂ ਕੋਈ ਵੀ ਹੈਗਾ। ਸੋ ਉਹਦੀ ਇੰਪਲੀਮੈਂਟੇਸ਼ਨ, ਦੂਸਰੀ ਹੈ ਲੈਂਗੁਏਜ ਫਾਰਮੂਲਾ ਜਿਹੜਾ ਆ ਉਹ ਕਿਸ ਕਲਾਸ ਤੋਂ, ਸਾਡੇ ਖਿਮਾ ਦੇ ਵਿੱਚ ਹੈ ਕਿ 5ਵੀਂ ਜਮਾਤ ਤੱਕ ਸਿਰਫ ਜਿਹੜੀ ਆ ਪੜ੍ਹਾਈ ਉਹ ਆਪਣੀ ਮਾਦਰੀ ਜ਼ਬਾਨ ਦੇ ਵਿੱਚ ਹੋਵੇ, ਔਰ ਉਸ ਤੋਂ ਬਾਅਦ 5-6 ਤੋਂ ਸ਼ੁਰੂ ਹੋ ਕੇ ਜਿਹੜੀ ਨੈਸ਼ਨਲ ਲੈਂਗੁਏਜ ਹੋ ਜਾਏ, ਔਰ 8ਵੀਂ ਤੋਂ ਬਾਅਦ ਜਿਹੜੀ ਅੰਗਰੇਜ਼ੀ ਜਿਹੜੀ ਪੜ੍ਹਾਉਂਦੇ ਆ ਉਹ ਸ਼ੁਰੂ ਹੋ ਜਾਏ। ਸੋ ਲੈਂਗੁਏਜ ਫਾਰਮੂਲਾ ਅਸੀਂ ਚਾਹੁੰਦੇ ਹਾਂ ਕਿ ਇੱਕ ਰੈਗੂਲੇਟਰੀ ਜਿਹੜੀ ਆ ਐਜੂਕੇਸ਼ਨ ਦੀ ਕੌਂਸਲ ਬਣਨੀ ਚਾਹੀਦੀ ਹੈ, ਉਹ ਕੌਂਸਲ ਜਿਹੜੀ ਇਹ ਫੈਸਲਾ ਕਰੇ, ਔਰ ਜਿੰਨੇ ਵੀ ਇਹ ਫੈਸਲੇ ਹੋਣ, ਚਾਹੇ ਉਹ ਕੋਰਸ ਦੇ ਹੋਣ, ਚਾਹੇ ਉਹ ਕਿਤਾਬਾਂ ਦੇ ਹੋਣ, ਚਾਹੇ ਲੈਂਗੁਏਜ ਦਾ ਫਾਰਮੂਲਾ ਹੋਵੇ, ਉਹ ਯੂਨੀਫਾਰਮਲੀ ਹਰ ਸਕੂਲ ਦੇ ਵਿੱਚ ਉਸੇ ਤਰ੍ਹਾਂ ਲੱਗੇ, ਤਾਂ ਕਿ ਹਰੇਕ ਦਾ ਜਿਹੜਾ ਲੈਵਲ ਪਲੇਇੰਗ ਫੀਲਡ ਹੋ ਜਾਏ। ਬੱਚਿਆਂ ਦੇ ਲਈ ਤਾਂ ਚਿੰਤਾ ਇਹੋ ਜਿਹੀ ਜਿਤਾਉਣੀ ਇੱਕ ਚੰਗੀ ਗੱਲ ਆ। ਕਈ ਵਾਰੀ ਗੱਲਾਂ ਹੋ ਜਾਂਦੀਆਂ ਨੇ ਕਿ ਸਾਡੇ ਤਾਂ ਜਿਹੜੇ ਐਜੂਕੇਸ਼ਨ ਮਿਨਿਸਟਰ ਆ ਉਹ ਉਨੇ ਨਹੀਂ ਪੜ੍ਹੇ ਹੁੰਦੇ ਜਿਹੜੇ ਅਹੁਦਿਆਂ 'ਤੇ ਉਹਨਾਂ ਨੂੰ ਬਿਠਾ ਦਿੰਦੇ ਆ। ਦੇਖੋ, ਅਸੀਂ ਮੈਂ ਇਹ ਐਮਫੇਸਿਸ ਆ ਕਿ ਮੈਂ ਇੱਕ ਪਰਸੋਂ ਹੀ ਇੱਥੇ ਲੈਕਚਰ ਦਿੱਤਾ ਸੀ, ਪਲੈਟਿਨਮ ਜੂਬਲੀ ਸੀ ਆਪਣੀ, ਆਪਣਾ INA ਦੀ ਅਤੇ ਜਿਹੜੀ ਸੁਭਾਸ਼ ਚੰਦਰ ਜੀ ਨੇ ਬਣਾਈ ਸੀਗੀ ਪ੍ਰੋਵੀਜ਼ਨਲ ਗੌਰਮੈਂਟ ਉੱਤੇ, ਉਹ 'ਚ ਮੈਂ ਇਹੋ ਹੀ ਗੱਲ ਕਹੀ ਸੀ ਕਿ ਜੇ ਤੁਸੀਂ ਸਹੀ ਮੈਨੇ ਡੈਮੋਕ੍ਰੇਸੀ ਨੂੰ ਬਚਾਉਣਾ ਤਾਂ ਵੋਟਰ ਦੀ ਮਿਨੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਠੀਕ ਨਾ, ਔਰ ਐਜੂਕੇਸ਼ ਜਿਹੜਾ ਜਿਹਨੇ ਇਲੈਕਸ਼ਨ ਲਾਉਣ ਉਹਦੀ ਮਿਨੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਅਤੇ ਜਿਹੜਾ ਜੇ ਬੰਦਾ ਅਨਪੜ੍ਹ ਹੋਵੇ, 4 ਜਮਾਤਾਂ ਪੜ੍ਹਿਆ ਉਹਨੂੰ ਤੋਂ ਹਾਇਰ ਐਜੂਕੇਸ਼ਨ ਦਾ ਮਿਨਿਸਟਰ ਲਾ ਦੇ ਤਾਂ ਕੀ ਕਰੂਗਾ ਉਹ। ਸੋ ਇਹ ਅਸੀਂ ਇਸ ਚੀਜ਼ 'ਤੇ ਐਮਫੇਸਿਸ ਕਰ ਰਹੇ ਹਾਂ
कि टोटल एम्फेसिस जिहड़ा ना वह एजुकेशन ते होना चाहिए। जे बंदा एजुकेटड सही होते एजुकेशन, मैं लिटरेसी की गल नहीं कर रहा, मैं एजुकेशन की गल कर रहा जिदे सिविक्स और जी है एथिक्स ये सब तो ज़्यादा इंपोर्टेंट होनी चाहिए है। सो वो कंटेंट नू यूनिफॉर्मली लागू होवे, जब बंदे पढ़े लिखे होंगे तो उन्होंने वर्ग लाया नहीं जा सकेगा, उन्होंने मोहरे बुरकिया नहीं सीटिया जा सकनगिया, वो वोट राइट आदमी नू पाउणगे, बंदा सोच समझ के खड़ा होगा। राजनीतिक बंदे जिहड़े आ उह जाण बुझ के नहीं फिर जिहड़ा विद्यक ढांचे नू सुधार दे, क्योंकि फिर जे उह समझ जाणगे वोटर तां मैं तुहाडी गल नू थोड़ा जिहा सहमत हाँ इस करके हाँ कि एक पासे तुसीं जिहड़ियां ने तनखाहां इन्हां दीआं एम एल ए दीआं वो 3-3 लाख तक कर तैयार होए हैं, दूजे पासे जिहड़ा पीएचडी कीती हुई जिन बंदे ने जिहड़ा एम एस सी करी बैठा उन्हें तो 15,000 रुपए दे लै लो तां पक्का हो जा करने हैं। सो ये जिहड़ी आ एजुकेशन बहुत वड्डी सट है, असीं तां अज एक मता भी पास किया कि अपनी कॉन्शियस नूं जगाओ, एम एल ए नूं कहा अपनी आत्मा की आवाज़ देखो की है। एक पासे पंजाब नंग होया फिरदा ते लोकी इत्थे 30-35 साल नौकरी करके उदू बाद उन्होंने पूरी तनखा नहीं मिलती और मुड़ के पेनशन नहीं मिलती और तुसी अपनी तनखा 3-3.5 लाख बधाई जाने। एक एम एल ए के खर्च 11-12 लाख रुपया आता महीने का जो सब को लाओ और सारा सारे साल के 11-12 दिन उन्होंने मीटिंग होंगी है, ये तो निरी लुट है। हैं तो असी अज एक रेजोल्यूशन दे विच ये भी पास किया है कि असी अपील की है कि अपनी आत्मा जगाओ और अपनी आत्मा की आवाज़ सुनो, पंजाब नूं लुटो ना, पंजाब की हालत में देख के तो ज़्यादा जिहड़ा एम्फेसिस एजुकेशन हैल्थ इन्हां ते लोकां दे लाओ, लोकां बारे सोचो अपने बारे ना सोचो। सो ये सन सरदारा सिंह जौल जिन्हां दा वल्लों एक फॉर्म तैयार किया गया जय पंजाब फॉरम जिहदे विच एजुकेशन सिस्टम नूं जिहड़ा आ सुधारन की गल की गई है और जो राजनीतिकां दे वल्लों जां फिर जो हेठले पद्धर दे उपर जो पॉलिसियां बनिया ने एजुकेशन नूं लैके उन्हां दे उपर भी कई तरह के सवाल चुके आ, सवाल चुकने बनते भी आ क्योंकि जो हक आम लोगों को बच्चों को नौजवानों को मिलना चाहिए है कि ना कि सरकारां दे करके खुंझ जाता है। कैमरामैन रवि के नाल मनदीप सिंह, दैनिक सवेरा टीवी जलंधर।